जलंधर दी तहसील शाहकोट दा बड़ा खूबसूरत ते मशहूर पिंड है नंगलंबियां। 47 तो पहला इस पिंड दी बहुती आबादी मुसलमाना दी सी ते 47 तो बाद इत्थे लालपुर दी तहसील जड़ां वाली दी 58 चक दे संधु सरदारां बसे। ये पिंड माता पंजाब कौर जी के गुरद्वारा साहब करके भी बहुत मशहूर है ते बड़ी मानता है इसकी दूर दूर तक। इस पिंड का नाम पिछले कुछ समय तो कबड्डी के नाम वर प्लेयर संदीप सिंह नंगलंबियां करके भी चर्चा विच है। सो नंगलंबियां अजकल किसी जानकारी का मोहताज नहीं, एक प्लेयर पिंड का नाम दुनिया विच रोशन कर सकता है। इसकी उदाहरण जो देखनी हो ते नंगलंबियां तो बेहतर उदाहरण शायद मिलनी मुश्किल है। सो आओ मिलते हैं इस पिंड के एक बुजुर्ग जी नूं ते सुनते हैं आप। हाँ जी, पिंड नंगलंबियां जी। हाँ जी, ठीक है जी। जी, ये पिंड शाहकोट के इलाके का पिंड है जी। हाँ जी, ठीक है। जिला ਜ਼ਿਲ੍ਹਾ ਹੈਗਾ ਜੀ ਜਲੰਧਰ। ਜਲੰਧਰ, ਠੀਕ। ਹਾਂਜੀ, ਤੁਹਾਡਾ ਕੀ ਸ਼ੁਭ ਨਾਮ ਜੀ? ਗੁਰਦਿਆਲ ਸਿੰਘ। ਠੀਕ ਹੈ ਜੀ, ਗੁਰਦਿਆਲ ਸਿੰਘ ਜੀ। ਹਾਂਜੀ, ਠੀਕ ਹੈ ਜੀ। ਬਜ਼ੁਰਗੋ, ਤੁਸੀਂ ਇਸ ਪਿੰਡ 'ਚ ਕਦੋਂ ਆਏ ਸੀ? ਅਸੀਂ 50 'ਚ ਆਏ ਜੀ। 1950 'ਚ ਜੀ। ਤੁਹਾਡਾ ਜੱਦੀ ਪਿੰਡ ਇਹ ਨੀਗਾ? ਨਹੀਂ ਜੀ। ਤੁਹਾਡਾ ਜੱਦੀ ਪਿੰਡ ਕਿਹੜਾ ਜੀ? ਸਾਡਾ ਜੱਦੀ ਪਿੰਡ ਤੇ ਜਿਹੜਾ ਜੀ ਸੀਗਾ ਜੀ ਉਹ ਅੰਮ੍ਰਿਤਸਰ ਸਰਿਆਲੀ। ਸਰਿਆਲੀ ਬਾਬਾ ਗੁਰਦੇਵ ਸਿੰਘ ਜੀ ਦਾ ਪਿੰਡ? ਹਾਂਜੀ। ਕਾਮਾ ਗਾਟਾ ਮਾਰੂ ਜਹਾਜ਼ ਲੈ ਕੇ ਜਿਹੜੇ ਵੈਨਕੂਵਰ ਗਏ ਸੀ ਕੈਨੇਡਾ? ਜੀ ਜੀ। ਤੇ ਇੱਥੋਂ ਫਿਰ ਸਾਡੇ ਬਜ਼ੁਰਗ ਜਿਹੜੇ ਸੀ ਜੀ ਉਹ ਸਾਡਾ ਬਾਬਾ ਜਿਹੜਾ ਸੀ ਜੀ ਉਹ ਬਾਹਰ ਚਲੇ ਗਏ ਸੀ। ਸਾਡੇ 7 ਪਿੰਡ ਜਿਹੜੇ ਨਾ ਜੀ ਉੱਧਰ ਬਾਹਰ 'ਚ ਸੀ ਸੰਧੂਆਂ ਦੇ, ਜਿਹੜੇ ਸਿਰਫ ਸਰਿਆਲੀ ਤੋਂ ਉੱਠ ਕੇ ਗਏ, ਜਿਹੜੇ ਸਰਿਆਲੀ ਤੋਂ ਤੁਰ ਕੇ ਗਏ। ਸਰਿਆਲੀ ਐਡਾ ਵੱਡਾ ਜੀ, ਉਹ ਜਿਤਨਾ ਹੁਣ ਸਾਡੇ ਛੋਟਾ ਪਿੰਡ ਬਣਿਆ ਨਾ ਜੀ, ਉਦਾਂ 22 ਪਿੰਡ ਲਾਗੇ ਲਾਗੇ ਛੋਟੇ ਛੋਟੇ ਸਰਿਆਲੀ ਦੇ ਹੀ ਬਣੇ ਆ ਉੱਠ ਕੇ, ਜਿਹਨਾਂ ਦੀ ਗੋਦ ਸੰਧੂ ਆ, ਜਿਹਨਾਂ ਦੀ ਗੋਦ ਸੰਧੂ ਆ ਤੇ ਖੱਤਿਆਂ 'ਚ ਪਾ ਲਏ ਤੇ ਉੱਥੇ ਇੱਕ ਮੈਂ ਪਿੰਡ ਬੱਜ ਗਿਆ। ਇਹ ਤੁਹਾਨੂੰ ਕਿੰਨੇ ਕੁ ਪਿੰਡਾਂ ਦੇ ਇੱਦਾਂ ਨਾਂ ਚੇਤੇ ਆ ਜਿਹੜੇ ਸਰਿਆਲੇ 'ਚੋਂ ਉੱਠ ਕੇ ਸਰਿਆਲੀ 'ਚੋਂ ਉੱਠ ਕੇ ਨੇੜੇ ਨੇੜੇ ਵੱਜੇ ਆ, ਕੋਈ ਨਾਮ ਚੇਤੇ ਆ ਜੀ? ਹਾਂਜੀ, ਬਜ਼ੁਰਗ ਆਪਣਾ ਬੁਰਜ ਠੱਠਾ ਜੀ, ਦਦੇਰ ਜੀ, ਅਤੇ ਹੋਰ ਇਹ ਤਾਂ ਸੁਹਾਵਾ, ਠੀਕ। ਹਾਂਜੀ, ਇਸ ਤਰ੍ਹਾਂ ਇਸ ਤਰ੍ਹਾਂ ਸਰਿਆਲੀ ਇਕੱਲੀ 'ਚੋਂ ਉੱਠ ਕੇ ਬਾਅਦ 'ਚ 7 ਪਿੰਡ ਵੱਸ ਗਏ। ਹਾਂਜੀ, ਉੱਥੇ ਕਿਹੜੇ ਇਲਾਕੇ 'ਚ ਵਸੇ ਸੀ? ਲਾਇਲਪੁਰ 'ਚ। ਲਾਇਲਪੁਰ ਤਾਂ ਜ਼ਿਲ੍ਹਾ ਹੋ ਗਿਆ ਜੀ, ਤਹਿਸੀਲ ਕਿਹੜੀ ਸੀ? ਤਹਿਸੀਲ ਜੜ੍ਹਾਂਵਾਲਾ। ਜੜ੍ਹਾਂਵਾਲਾ, ਹਾਂਜੀ। ਕਿਹੜੇ ਕਿਹੜੇ ਚੱਕ ਜਾਂ ਪਿੰਡ ਸੀਗੇ ਦੱਸ ਸਕਦੇ ਤੁਸੀਂ? 2-3-4 ਤਾਂ ਮੈਨੂੰ ਆਉਂਦੇ ਜੀ, 56 ਦੱਸੋ ਦੱਸੋ ਜੀ, 56 57 58 ਤਕਰੀਬਨ ਸਾਰਾ ਪਿੰਡ ਸਰਿਆਲੀ ਦਾ ਹੀ ਸੀ। ਠੀਕ, ਹਾਂਜੀ। ਤੇ ਕੋਈ ਮੁਸਲਮਾਨ ਪਰਿਵਾਰ ਵੀ? ਮੁਸਲਮਾਨ ਵੀ ਹੈਗੇ ਸੀ ਜੀ, ਤੇਲੀਆਂ ਦੇ ਘਰ ਸੀ, ਆਪਣੇ ਮਿਸਤਰੀਆਂ ਆਪਣੇ ਲੁਹਾਰਾਂ ਦੇ ਘਰ ਸੀ। ਠੀਕ, ਹਾਂਜੀ। ਨਾਮ ਨਾਮ ਦੱਸ ਸਕਦੇ ਹੋ, ਲੁਹਾਰ ਕਿਹੜਾ ਸੀਗਾ? ਨਾਮ ਤਾਂ ਹੁਣ ਭੁੱਲ ਗਿਆ ਜੀ। ਜਿਹੜਾ ਕੋਲੂ ਕੋਲੂ ਸੀਗਾ ਪਿੰਡ 'ਚ? ਹੈਂਜੀ, ਕੋਲੂ ਕੋਲੂ ਸ਼ਾਇਦ ਨਹੀਂ ਸੀਗਾ। ਠੀਕ, ਅਤੇ ਨੇੜੇ ਮੰਡੀ ਕਿਹੜੀ ਲੱਗਦੀ ਸੀ ਜੜ੍ਹਾਂ ਵਾਲਾ ਜੀ? ਮੰਡੀ ਜੀ ਸਾਂਗਲਾ ਹਿੱਲ। ਸਾਂਗਲਾ ਹਿੱਲ ਤੁਹਾਡੇ ਨੇੜੇ ਸੀ ਜੀ? ਹੈਗਾ ਉਹ ਸਿਆਲਕੋਟ ਸੀਗਾ ਜੀ ਜੀ, ਲੇਕਿਨ ਸਾਥੋਂ ਸਾਡਾ ਉਹ ਨੇੜੇ ਸੀ ਅਤੇ ਉਹ ਸਾਡਾ ਜਿਹੜਾ ਸਮਾਨ ਸੀ ਸਾਰਾ ਨਾ ਸਾਂਗਲਾ ਹਿੱਲ ਲੈ ਜਾਂਦੇ ਸੀ। ਇਹ ਸਾਂਗਲਾ ਹਿੱਲ ਤੁਸੀਂ ਆਪ ਵੀ ਕਦੀ ਦੇਖਿਆ ਸੀ? ਹਾਂ, ਮੈਂ ਦੇਖਿਆ ਸੀਗਾ, ਪਰ ਉਦੋਂ ਬੱਚੇ ਸੀ ਜੀ, ਕੋਈ ਉਹਦੀ ਬਾਲੀ ਨਹੀਂ ਜੀ ਜੀ। ਹਾਂਜੀ, ਜਦੋਂ ਰੌਲੇ ਪਏ ਆ ਜਾਂ ਪਾਰਟੀਸ਼ਨ ਹੋਈ ਆ, ਕਿੰਨੀ ਉਮਰ ਸੀ ਤੁਹਾਡੀ? ਮੇਰੀ 15 ਸਾਲ ਹੋਣੀ ਜੀ। ਠੀਕ, ਤੁਸੀਂ ਸਕੂਲ ਗਏ ਕਿਸੇ? ਹਾਂਜੀ, ਮੈਂ ਪੜ੍ਹਦਾ ਰਿਹਾ ਉੱਥੇ। ਤੁਹਾਡੇ ਪਿੰਡ 'ਚ ਸਕੂਲ ਸੀ? ਜਿਹੜਾ ਪ੍ਰਾਇਮਰੀ ਸਕੂਲ ਸੀਗਾ ਜੀ ਉਹ ਸਾਡੇ ਪਿੰਡ ਹੀ ਸੀਗਾ। ਠੀਕ, ਫਿਰ ਲਾਗੇ ਕੋਈ ਪਿੰਡ ਨਹੀਂ ਸੀਗਾ,
फिर मेरे नानके थे लौके लौके हाँ जी तीन लौके सी मेरे नानके सी फिर मैं उथे चले गया जी उथो मैं अपना दूजा उथे मेरे मूँह गड़ी फिर जी जड़ा वाले तो सड़क जाती थी ना जी चक झुंबरे नीते खुरड़िया वाला थाना सी साडा खुरड़िया वाले स्कूल च मैं पढ़ता रहा जी स्टेशन भी आ नहीं उत्थे नहीं चक झुंबरे स्टेशन सी जी ठीक हाँ ये जेडे अपने शंकर का नहीं इतने वो जरा विक्टोरिया क्रॉस सी प्रकाश सिंह पिंड बिलकुल खुरड़िया वाले दे नाल सीगा और जदों उन विक्टोरिया क्रॉस मिलिया अनपढ़ सीगा उहदा भरा फिर ना वड्डी उम्र दा उत्थे साडे स्कूले पा दिता उहने कहा भी पढ़ ला तू उहनू फिर चार जमातां इक्के साल च उहनां करा दित्तियां तौड़ा ही वड्डी उम्र दा सी हाँ जी इदां फिर उत्थे मैं पढ़ता रहा अठवीं तक मैं उत्थे पढ़िया जी हाँ जी उत्थों फिर नौवीं च मैं दाखिल होया अपना दूजा सी पिंड आ जिहड़ा वो इन्हां दा पिंड सी मैनूं भुल गया चलो मैं दस दूंगा फिर चलो आपां प्राइमरी स्कूल तो शुरू करते हैं हाँ जी प्राइमरी स्कूल जिहड़ा तुहाडे पिंड च सीगा जी उहदे टीचर याद ने कौन सीगे नहीं जी ठीक ते बच्चे सिर्फ ताडे चक दे पढ़दे सी उत्थे हाँ जी उत्थे पिंड लागे होर पिंड है नहीं सीगा दूर रहे ना पिंड जो तुसीं लोके चल गए हाँ जी देवी सिंह दे लोके हाँ जी उत्थे तां फिर काफी पिंडां दे बच्चे पढ़न आउंदे होणे नहीं ओ आओ ते खोड़िया वाले ते बहुत पढ़दे मैं उत्थे पिंड नहीं ना पढ़िया जी उत्थे खोड़िया वाला 3 किलोमीटर अच्छा अच्छा उत्थे पढ़े ते 3 मील सीगा तुसीं खोड़िया वाले स्कूल वाला जिहड़ा स्कूल सीगा उहदे बारे दस दो वी कौन टीचर सीगे नहीं जी हुण सारा चेता भुल्लिया ते उदा विद्यार्थी बहुत पिंडां दे आउंदे सी हां जी लागले पिंड बहुत सीगे मुसलमान सिख हिंदू सारे उत्थे पढ़दे ओ स्कूल दा किद्दां दा माहौल सी किद्दां दी पढ़ाई सी वधिया सीगा जी उदों फारसी चलदी सी जी पंजाबी घट सी पंजाबी अठवीं चों कोई दिंदे सी जे किसे ने पढ़नी आ पढ़ लै नहीं पढ़नी ते फिर इदां सीगा जी इस तरह सी इह बने इक इधर सीगा ਇਸ ਸਾਈਡ ਨੂੰ ਸੀਗਾ ਜੜਾਂ ਵਾਲਾ ਜੀ ਇੱਧਰਲੀ ਸਾਈਡ ਨੂੰ ਸੀਗਾ ਚੱਕ ਝੁੰਬਰਾ ਉਹਦੇ ਉੱਤੇ ਇਹ ਸੀਗਾ ਪਿੰਡ ਖੁਰੜਿਆਂ ਵਾਲਾ ਥਾਣਾ ਵੀ ਸੀ ਉੱਥੇ ਅਤੇ ਫਿਰ ਜਦੋਂ ਵੰਡ ਹੋਈ ਆ ਹਾਂਜੀ ਉਦੋਂ ਤੁਸੀਂ ਕਿਹੜੀ ਜਮਾਤ 'ਚ ਪੜ੍ਹਦੇ ਸੀ ਉਦੋਂ ਮੈਂ ਛੁੱਟੀਆਂ ਹੋਈਆਂ ਸੀ ਨੌਵੀਂ 'ਚ ਦਾਖਲ ਹੀ ਹੋਇਆ ਸੀ ਅਜੇ ਜੀ ਹਾਂਜੀ ਅਤੇ ਫਿਰ ਮੈਂ ਪਿੰਡ ਆ ਗਿਆ ਸਰਾਲੀ ਨਹੀਂ ਜੀ ਉੱਥੇ ਆਪਣੇ 58 ਚੱਕ 58 ਚ ਆ ਗਏ ਤੁਸੀਂ ਹਾਂਜੀ ਉੱਥੋਂ ਫਿਰ ਇਹ ਜਿਹੜੇ ਸਾਡੇ ਪਿੰਡ ਸੀ ਨਾ ਜੀ ਸੰਧੂਆਂ ਦੇ ਇਹ ਸਾਰੇ ਅੜੇ ਰਹੇ ਵੀ ਅਸੀਂ ਨਹੀਂ ਜਾਣਾ ਨਹੀਂ ਅਤੇ ਰੌਲਾ ਪੈਂਦਾ ਰਿਹਾ ਲੇਕਿਨ ਇਹ ਕਹਿੰਦੇ ਵੀ ਨਹੀਂ ਜਾਣਾ ਹੀ ਨਹੀਂ ਗਾ ਫਿਰ ਇੱਕਦਮ ਇੱਕ ਘੰਟੇ ਦੇ ਅੰਦਰ ਅੰਦਰ ਜਦੋਂ ਜ਼ਿਆਦਾ ਉਹਨਾਂ ਦਾ ਜ਼ੋਰ ਪੈ ਗਿਆ ਫਿਰ ਕਹਿੰਦੇ ਵੀ ਸਾਰੇ ਆ ਗਏ ਫਿਰ ਇੱਥੇ ਕੈਂਪ ਲੱਗਾ ਜੀ ਖੋੜਿਆਂ ਆਪਣੇ ਇੱਥੇ ਲੋਕੀ ਕਿਹੜੇ ਲੋਕੀ ਲੱਗਾ ਸੀਗਾ ਦੇਵੀ ਸਿੰਘ ਦੇ ਜਾਂ ਦੂਜੇ ਨਹੀਂ ਇੱਥੇ ਆਪਣਾ ਦੇਵੀ ਕੇ ਲੋਕੇ ਅੱਛਾ ਉੱਥੇ ਲੱਗਾ ਸੀ ਉੱਥੇ ਮਤਲਬ ਸਾਰਿਆਂ ਜੀ ਜਿੱਦਾਂ ਜਿੱਦਾਂ ਰਿਸ਼ਤੇਦਾਰ ਸੀ ਨਾ ਜੀ ਸਾਰੇ ਪਿੰਡਾਂ 3 ਇਕੱਠੇ ਲਾਗੋ ਲੱਗ ਹੀ ਪਿੰਡ ਸੀਗੇ ਹਾਂਜੀ ਅਤੇ ਜਿੱਦਾਂ ਜਿੱਦਾਂ ਇਧਰੋਂ ਤੁਸੀਂ ਆਏ ਜਿੰਨੀ ਕੁ ਦੂਰ ਸਕੂਲ ਆ ਇੰਨੀ ਕੁ ਦੂਰ ਪਾੜਾ ਸੀਗਾ ਇੱਕ ਦੂਜੇ ਪਿੰਡ ਦਾ ਉੱਥੇ ਫਿਰ 3 ਮਹੀਨੇ ਰਹਿਣਾ ਪਿਆ ਜੀ ਸਾਨੂੰ ਪੂਰੇ ਰੌਲੇ ਦੇ ਵਿੱਚ 3 ਮਹੀਨੇ ਉੱਥੇ ਰਹੇ ਜੀ ਕਿੱਦਾਂ ਦੇ ਹਾਲਾਤ ਸੀਗੇ ਜੀ ਕੈਂਪ ਦੇ ਕੈਂਪ ਦੇ ਮਾੜੇ ਹਾਲਾਤ ਸੀਗੇ ਜੀ ਬਸ ਜਿਹੜੇ ਕੋਈ ਰਿਸ਼ਤੇਦਾਰਾਂ 'ਚ ਘਰਾਂ 'ਚ ਚਲੇ ਗਏ ਜਿਵੇਂ ਅਸੀਂ ਹੁਣ ਮਾਮਿਆਂ ਦੇ ਘਰ ਆ ਗਏ ਸੀ ਅਤੇ ਹੋਰ ਜਿੱਦਾਂ ਅਤੇ ਜਿਹੜੇ ਨਹੀਂ ਸੀ ਜਿਨ੍ਹਾਂ ਦਾ ਕੁਝ ਵੀ ਉਹ ਬਾਹਰ ਰੜਾਂ ਦੇ ਵਿੱਚ ਗੱਡੇ ਲੈ ਕੇ ਬੁਰੇ ਹਾਲ ਉੱਥੇ ਪ੍ਰਸ਼ਾਦੇ ਛੱਕਦੇ ਸੀ ਮਾਰ ਮਾਰ ਕੋਈ ਸਰਕਾਰੀ ਪੱਧਰ 'ਤੇ ਇੰਤਜ਼ਾਮ ਨਹੀਂ ਸੀ ਤੁਹਾਨੂੰ ਰੋਟੀ ਪਾਣੀ ਦੇਣ ਨਹੀਂ ਨਹੀਂ ਕੋਈ ਨਹੀਂ ਸੀ ਹਾਂਜੀ 3 ਮਹੀਨੇ ਫਿਰ ਕੋਈ ਹਮਲੇ ਵੀ ਹੋਏ ਹੋਣਗੇ ਤੁਹਾਡੇ 'ਤੇ ਹਾਂਜੀ ਹੁੰਦੇ ਰਹੇ ਲਾਗੇ ਆਪਣਾ
फलाई वाला पिंड सीगा उत्थे होए सी उत्थे फिर इन्हां सारे पै गए कट्ठे हो के फिर लोगों ने वो मुसलमान मार के फिर साड़े अच्छा। जो साड़े फिर वो डरे बहुत ठीक इस तरह मतलब रौला पैंदा रहा बहुत ठीक माल चक इतों नेड़े सीगा जी नेड़े हाँ जी माल चक वाले जैसे हजूरे बैठे आ हाँ जी तो पता हो गया पाड़े भी होने उत्थे है गया ज्यादा हजूरे तकरीबन कट्ठे उत्थे ना हजूरे बैठे हो हाँ जी तीन महीने बाद इदा बनिया जी भी जिम्मे आपो अपना चली आया काम जिम्मे किसी का दाल लग्या तो लै आया फिर साढ़े जरा साढ़े जेडे बजुर्ग से जी वह तीन भरा से जोड़ा छोटा सी डॉक्टर से हाँ जी हाँ जी सरकारी डॉक्टर उदो मिलिट्री सी की नाम से उन्होंने जी डॉक्टर दलीप सिंह संधु हाँ जी ठीक वो फिर इदा जी भी जोड़ा साडा व्डा बजुर्ग से वह ठेका लैन आया पैली का इतने सरियाली वह रौले च इत फिर वो रह गया वो गया नहीं ठीक है जी फिर जोड़े साढ़े बजुर्ग से वो कह लगे भी फिर अभी ना जी सारे ने वो किया ट्रक अच्छा जी बई पैसे दे के भी इधर आ जाइए असी सड़क से खलोते थी उस से फिर जो मिलिट्री वाला ट्रक आया जी वो डॉक्टर भी साडा सी अच्छा उन्हें फिर सानू इशारा किया भी तुम इतने खलो मैं आना फिर उन्हें सानू जी असी फिर उन्होंने जवाब देते था जोड़ा पहला ट्रक आला है फिर उन्हें किया भी वो पता नहीं की दिमाग चाहिए वो कहता जाने नहीं गए अपना अमृतसर उन्हें सानू जड़ा वाले ला दिता अच्छा। जड़ा वाले कैंप च असी रात लगते तो रात उत्ते गोली चल गई कैंप च जड़ा वाले जिहड़े हमला होया जदों हाँ जी कैंप च उदों असी रात कैंप ही सीगे काफी कतलो गारत होई हाँ बहुत होई जी फिर वह उन्हें कहा भी लंबे पै जो जो लंबे पै गए जो बज गए फिर सवेरे साढ़े बापू जी उन्होंने भूआ सी उन्हें फिर किया डॉक्टर उन्हें कहा भी भावें किन्ने मर्जी पैसे साढ़े लग जाए सानू सवेरे फिर अगले दिन उन्हें ट्रक करा के सानू अमृतसर भेजा फिर असी अपने पिंड चले गए उत्थे फिर अपनी जमीन हैगी सी जिहड़ा ठेके वाला सीगा उन्हें कहा भी तुसीं अपनी पैली बाह लो उत्थे फिर असी वाही करन लग पे होर जिहड़े सीगे जिथे जिथे किसी नूं समां मिलिया जां कच्चियां लाटां लोकां करा लईआं वह फिर उत्थे उत्थे चले गए हाँ जी फिर असी एक बार वो उत्थे सारे ने साडे जिहड़े बंदे सी पांच सत्त फैमिली दे उन्होंने रल के इत्थे मलकपुर ताजोवाल हैगा अपने च दूजे की आ राऊ च जिते हुण पुल बनिया ना जी उहदे लागे आ उह पिंड उत्थे फिर कच्ची लाट सानू हो उन्हें करा ली बंदिया ने जिन्हें को जमीन नहीं थी ना उन्हें करा ली नाल साडी भी करा ली फिर उत्थे थोड़ा देर रहे उत्थे फिर दरिया चढ़ जांदा सी पानी फिर असी उत्थों आ गए फिर असी पिंड ही वाही करदे रहे ते पिंड तो फिर सानू इत्थे अलाट हो गई नंगल अंबियां जी जो तुसीं नंगल अंबियां च आए 1950-51 च आए हाँ जी उदों किदां दा पिंड सी कच्चे घर सी पक्के सी ये दरम्याने ही सी जी पक्के भी सी पक्के भी सी ज्यादा कच्चे थी ते जमीन इदा बनियो सी जा टिब्बे सी नहीं जी टिब्बे सी ते उच्चे नीवे सी कि तरह उन्हां दे ना खूहां दी वाही सी जिहड़ा हर एक ने आपो अपना नीवा कीता वी मेरे पानी रुड़ के पवे अच्छा जी आ जमीन इत्थे सानू इहो अलाट होई पिंड इत्थे च किन्ने टोए सी उच्ची नीवी सी असीं सारे पद्धरे कीते और अज तो स्कूल तो तुसीं आए हो इतों तो नंघ ही नहीं सी हुंदा बंदे को इन्नी रेता सी टिब्बे सी खाली बंदा नहीं सी नंघ सकदा जमीन फिर इत्थे आके बनाउणियां पईआं जी पहले उधर बनाउंदे रहे बाहर च हां जी फिर इधर बनाउणियां पईआं हां जी हुण वाहिगुरू ने कृपा कीती है चलो हुण किते पर फिर भी तुहानूं बाहर तां चेते आउंदी होणी बाहर आउंदी है जी आउंदी बाहर ते बाहर ही सी उहदे बारे दसो वी लोकी जिन्हां बजुर्गां नूं मिलदे आ हां जी उह बाहर नूं चेते करी जांदे आ हां जी की खासियत सी उस मिट्टी च उत्थे आबो हवा बड़ी चंगी सी जी
नवी अलाट नवी पुट के बनाई सी सारी इन्होंने, जिमें हर चीज़ वो बार अला अपना आबाद की थी जाके, आबोहवा चंगी सी, फिर वातावरण चंगा सी उत्ते, फिर उत्ते जगह बड़ी चंगी सी, जेडे ना जी पिंड सी के बने पिंड, वो पिंडां दा नक्शा जेड़ा सी गा, जितना लैलपुर का नक्शा, लैलपुर घंटा घर सी गा, उन्हू किते तुसी भुल जाओ, उहदे दुआले फिर इदां बनाईआं सी गोल बाजार, जिते तुसी किसी जगह तो भुल जाओ तो फिर तुसी उत्ते चले जाओ, तुहानू घंटा घर आ जांदा सी नज़र, ते घंटा घर आ जाओ फिर तुसी अपनी मंजिल ते पहुँच जाओ। इस तरह उत्ते जिहड़े जिहड़े मकान सी ना जी, मकान जिहड़े हैगे सी, आ गलियां बहुत वड्डियां सी, ते चौक बने सी, ऐसे चरस्ते सीगे, वड्डे मकान सी, वड्डे वड्डे घर सी लोकां को, है जी बेलियां सी। अपना घर किन्ना कु चेते आउंदा ओह पुराना? बहुत आउंदा जी, ऐन बिल्कुल ओहदा नक्शा ही आ गया जी। हाँ जी ठीक, ते तुहाडे पिंड दे सारे ही? हाँ जी सही सलामत आ गए सी? तकरीबन सारे आ गए जी, सही सलामती आ गए। इस पिंड दे विच हुण सराले वाले जां सराली वाले किन्ने कु बैठे आ? इस पिंड च होने आ 25-30 घर जी। अपने संधू आ। हां जी ते ए दस्यो जी कि जिहड़े इस पिंड च बैठे नंगल अंबियां च आ के, हां जी हुण किन्ने क चक्कां दे लोक, तुसीं तां चाहे तुसीं हैगे 58 वाले ना? हां जी ਹੋਰ ਕਿਹੜੇ ਕਿਹੜੇ ਚੱਕ ਦੇ ਲੋਕ ਇੱਥੇ ਆ ਕੇ ਬੈਠੇ? ਇਹ ਜਿਹੜੇ ਨਾ ਜੀ ਆਪਣੇ ਇਹ 16 ਵਾਲੇ ਬੈਠੇ ਆ ਜੀ ਜੀ, ਇਹ ਨਹੀਂ ਮੈਨੂੰ ਪਤਾ ਵੀ ਉੱਥੇ ਕਿਹੜੇ ਸੀਗੇ, ਕਿਹੜੇ ਚੱਕੇ ਸੀ, ਬਾਕੀ ਤਕਰੀਬਨ ਅਸੀਂ ਜ਼ਿਆਦਾ ਅਸੀਂ ਆਪ ਹੀ ਹਾਂ ਸਰਹਾਲੀ ਵਾਲੇ ਹੀ। ਸਾਡਾ ਪਿੰਡ ਤਿੰਨਾਂ ਦੋ ਪਿੰਡਾਂ 'ਚ ਵੰਡਿਆ ਗਿਆ ਜੀ ਜੀ, ਅੱਧਾ ਪਿੰਡ ਅਸੀਂ ਇੱਥੇ ਹਾਂ ਇਸ ਪਿੰਡ 'ਚ, ਅੱਧਾ ਪਿੰਡ ਖੂਨਣ ਹੈਗਾ ਜੀ ਜੀ ਤਾਂ ਕਰਦਾ ਜੀ। ਫੇਰ ਇਸ ਤਰ੍ਹਾਂ ਆ ਵੀ ਉੱਥੇ ਇੱਕ ਤਾਂ ਉਹ ਪਿੰਡ ਜਿਹੜਾ ਜੀ ਸਾਡਾ ਬੜੀ ਦੂਰ ਆ, ਉੱਥੇ ਕੋਈ ਸਾਧਨ ਨਹੀਂ ਸੀ ਉਦੋਂ ਵੀ, ਘੋੜੀਆਂ ਘਾੜੀਆਂ 'ਤੇ ਜਾਂਦੇ ਸੀ ਲਾਗੇ, ਨਾ ਤਾਂ ਕੋਈ ਪੁਲਿਸ ਸਟੇਸ਼ਨ ਵੀ ਦੂਰ ਸੀ, ਹਸਪਤਾਲ ਵੀ ਉੱਥੇ ਹੀ ਸੀਗਾ ਆਪਣੇ ਖੋੜਿਆਂ ਵਾਲੇ ਹੀ, ਫਿਰ ਇਹ ਜਿਹੜਾ ਸਾਂਗਲਾ ਸੀ ਇਹ ਵੀ ਸਾਥੋਂ, ਮਤਲਬ ਉੱਥੇ ਪਹੁੰਚਣ ਨੂੰ ਕੋਈ ਸਾਧਨ ਨਹੀਂ ਸੀ ਉਦੋਂ, ਘੋੜੀਆਂ ਘਾੜੀਆਂ 'ਤੇ ਜਾਂਦੇ ਸੀ ਲੋਕ, ਅਤੇ ਇਸ ਕਰਕੇ ਫਿਰ ਉਹ ਇਕੱਲਾ ਬੰਦਾ ਹੁਣ ਜਦੋਂ ਜਾਂਦਾ ਜੀ ਅਤੇ ਫਿਰ ਉੱਥੇ ਕੋਈ ਨਾਲ ਜਾਣ ਨੂੰ ਜਾਂ ਇਕੱਲੇ ਨੂੰ ਮੁਸ਼ਕਲ, ਫਿਰ ਹੋ ਸਕਦਾ ਅਗਲੇ ਜਿਹੜੇ ਆ ਉਹ ਸਿਆਣਨ ਜਾਂ ਨਾ ਸਿਆਣਨ। ਵੈਸੇ ਜਿਹੜੇ ਪਛਾਣਨ ਵਾਲੇ ਸੀਗੇ ਤੁਹਾਡੇ ਉੱਥੇ? ਹਾਂਜੀ ਕੋਲੂ ਵਾਲੇ ਜਾਂ ਹੋਰ ਬੰਦੇ, ਹਾਂਜੀ ਜਿਹੜੇ ਲੁਹਾਰਾ ਕੰਮ ਕਰਦੇ ਸੀ, ਉਹਨਾਂ ਦੇ ਨਾਂ ਦੁਬਾਰਾ ਦੱਸੋਗੇ ਜੀ ਕੀ ਕੀ ਸੀਗੇ? ਉਹਨਾਂ ਦਾ ਇੱਕ ਹੈਡ ਜਿਹੜਾ ਸੀ ਉਹਦਾ ਫਜਲਾ ਨਾਂ ਸੀਗਾ ਜੀ, ਬਾਕੀ ਤਾਂ ਫਿਰ ਮੁੰਡੇ ਹੁਣ ਭੁੱਲ ਗਏ। ਸੇਪੀ ਵਗੈਰਾ ਕਰਦੇ ਸੀ ਉਹ? ਹਾਂਜੀ ਸੇਪੀ ਪਿੰਡ ਦੀ ਕਰਦੇ ਸੀ ਉਹ। ਮਤਲਬ ਪਿੱਛੋਂ ਤੁਹਾਡੇ ਪਿੰਡਾਂ ਤੋਂ ਗਏ ਹੋਣੇ ਉਹ ਵੀ? ਇਹ ਨਹੀਂ ਜੀ ਪਤਾ ਕਿੱਥੋਂ ਗਏ। ਤੇ ਜਦੋਂ ਰੌਲੇ ਪਏ ਤੁਸੀਂ ਪਿੰਡ ਛੱਡਿਆ, ਹਾਂਜੀ ਉਹਨਾਂ ਦਾ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਸੀ? ਉਹਨਾਂ ਨੇ ਕਿਸੇ ਨੂੰ ਕੁਛ ਨਹੀਂ ਕਿਹਾ ਜੀ ਜੀ, ਤੇ ਲੇਕਿਨ ਬਾਹਰ ਜਦੋਂ ਅਸੀਂ ਘਰਾਂ 'ਚੋਂ ਨਿਕਲ ਗਏ ਮਾਲ ਪਸ਼ੂ ਵੀ ਖੁੱਲ੍ਹੇ ਛੱਡ ਦਿੱਤੇ ਗੱਡੇ 'ਤੇ, ਜਿਹੜਾ ਜੇ ਇੱਕ ਇੱਕ ਗੱਡੇ 'ਤੇ ਜਿਹੜਾ ਕੋਈ ਸਮਾਨ ਦੋ ਤਿੰਨਾਂ ਘਰਾਂ ਮਾੜਾ ਮੋਟਾ ਰੱਖਿਆ ਕੋਈ, ਉਹੋ ਹੀ ਉਹ ਲੈ ਕੇ ਨਿਕਲੇ ਜਦੋਂ, ਉਦੋਂ ਉਹਨਾਂ ਪਿੰਡ ਵਾਲਿਆਂ ਨੇ ਕੁਛ ਨਹੀਂ ਕਿਹਾ, ਅਤੇ ਅਸੀਂ ਅੱਧੇ ਘੰਟੇ 'ਚ ਪਿੰਡ ਖਾਲੀ ਕਰ ਦਿੱਤਾ ਜੀ। ਅਤੇ ਉਦੋਂ ਵੇਖ ਲਓ ਵੀ ਮਗਰੋਂ ਉਹਨਾਂ ਨੇ ਲੁੱਟਾਂ ਤਾਂ ਕੀਤੀਆਂ ਹੀ ਹੋਣਗੀਆਂ। ਚਲੋ ਉਹ ਤਾਂ ਫਿਰ ਉਹ ਤਾਂ ਸਾਰੀ ਦੁਨੀਆ ਗਈ, ਪਰ ਤੁਹਾਨੂੰ ਤੁਰਦਿਆਂ ਨੂੰ ਉਹਨਾਂ ਨੇ ਤੁਰਦਿਆਂ ਨੂੰ ਪਿੰਡ ਵਾਲਿਆਂ ਨੇ ਕੁਛ ਕਿਹਾ? ਠੀਕ, ਉਹ ਤਾਂ ਮਿਲੇ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ ਜੀ, ਲੋਕ ਕੰਮ ਆਪੋ ਆਪਣੇ ਅਫੜਾ ਦਫੜੀ, ਜਿਵੇਂ ਹੁਣ ਇੱਥੋਂ ਆਪਾਂ ਨੂੰ ਕੋਈ ਇੱਥੇ ਹੁਣ ਆਪਾਂ ਬੈਠੇ ਹਾਂ, ਇੱਥੋਂ ਕੋਈ ਅਜਿਹੀ ਚੀਜ਼ ਆਵੇ ਵੀ ਜਿਹਦੇ ਨਾਲ ਆਪਾਂ ਨੂੰ ਖਤਰਾ ਹੋਵੇ ਤਾਂ ਆਪਾਂ ਭੱਜਣ ਦੀ ਕਰਨੀ ਹੈ। ਕਹਿੰਦੇ ਰੋਟੀ ਪਕਾਈ ਤਵੇ 'ਤੇ ਰਹਿ ਗਈ, ਹਾਂਜੀ ਹਾਂਜੀ, ਅਤੇ ਖਾਣ ਦਾ ਮੌਕਾ ਨਹੀਂ ਮਿਲਿਆ ਜੀ। ਇਸ ਤਰ੍ਹਾਂ ਕਿੰਨਾ ਕਿਹੜਾ ਸਮਾਂ ਸੀ ਜਦੋਂ ਪਿੰਡ ਛੱਡਿਆ? ਇਹ ਆਪਣਾ ਸੀਗਾ ਜੀ ਦੂਜਾ
अगासी दिन का केड़ा पैर सी दिन जदों असीं छड्डिया जी कोई दस बजे का दिन वे दस बजे तक पहरा लगा रहा पिंड च दो असले वाले सीगे बंदे पिंड च दो तीन घर असला सीगा उन्हें पहरा ला छड्डिया भी कोई बंदा आपां जाना नहीं इत्थे अड़े रहना लेकिन जो पिछले पिंड जिहड़े सी ना जी इधर सांगला लल वाले जिवें सरियाली ओ सरियाली 57-56 वो जदों आ गए फिर उन्हें कहा भाई हुण इत्थे रहण दा नहीं आ जाओ फिर सारे असीं इत्थे कैंप च आ गए। हाँ जी जिहड़े इधर ना सीगे उधर भी चक्कां ले ना रख लै सी ना जी जिदा सराली भी सीगा उत्थे। हाँ जी वो इधर किन्ने क ना सी माल चक सीगा। हाँ जी माल चक कल्ला कल्ला। हाँ जी जी होर फेरे लौके लौके दो तीन। हाँ जी इस तरह ते तुहाडे नानके कित्थे आ के फिर बैठे जी। वो आए थे पिंड नाल ही है जी काकड़ा पिंड। केड़ा जी काकड़ा काकड़ा ठीक है। हाँ जी इतना नाल ही है जी बिल्कुल नेड़े वो भी पन्नू जी पन्नू हाँ जी पन्नू रौंती बैठे आ रौंती बैठे आ बग्गे बैठे आ बग्गे भी बग्गे थोड़े आ घर जी रौंता ज्यादा आ वो तरसिंदर सिंह जिहड़ा चेयरमैन सीगा ठीक। हाँ जी वो मेरे मामे का पोती। अच्छा जी ते वो एक आत्मा सिंह सीगा जानदे आ। हाँ जी वो शराब बेचना है। हाँ जी वो अपना दूजा वो वरियाम सिंह वाले लोगों का। हाँ जी बग्गे बैठा जी एक्चुअली वो मेरे जिहड़ा बाबा जी का मासल सी उहदा शायद पोता सी। अच्छा जी। हाँ जी ठीक है उहदे वो आप तो ब्याह व्याह नहीं सीगा उहदे मेरे नाल भरा भरू दे हैगे बच्चे न्याणे हैगे आ न्याणे हैगे बड़ी देर होई हुण मुलाकात नहीं हुंदी। हाँ जी लेकिन वो सानू मिलन आउंदा हुंदा सी। ठीक है जी ठीक उत्ते मैं एक कहानी भी लिखी सी। ठीक है उहदी लाइफ ते ना ठीक है कहानी भी लिखी जिहड़ी सिलेबस च लगी आ खालसा कॉलेज अमृतसर। ठीक है चलो बुजुर्ग होर कोई याद जिहड़ी कदे ना भुलदी होवे बार दी। वाह जी उत्ते इहो ही आ जिहड़ा देखो लोगों का वातावरण खुले पानी सी नहर के पानी से लोग पूरी ऐशी ऐशोशन जींदे सी अपना जीवन बरसात करते बहुत चंगा है जी होर उत्थे सब कुछ सीगा जिहड़ा भी ज़्यादा जिदा हुण मोटरसाइकिल या दूजे ये तो उदों कोई हुंदा नहीं साइकिल भी नहीं सी हुंदे है जी घोड़े घोड़ियाँ हर घर हुंदे सी उन्हां ते सफ़र करना जी। हाँ जी सारा काम घोड़िया ना चलता थी या गड्डिया ना। हाँ जी चलो जी ता बहुत 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 धन्यवाद जी। हाँ जी तो मेहरबानी जी चलो अज नंगल अंबी असी आए। हाँ जी तो सानू खिड़े मत्थे मिले बड़िया सोहनिया गल्लां कीतियां जी। ठीक है शुक्रिया जी।